ਪਾਉਣ ਦੇ ਸੁਪਨੇ ਮਨਾਲੀ ਦੇ ਸੁਪਨਿਆਂ ਚ ਸਵਾਗਤ ਹੈ ਜੀ। ਆ ਜਾਓ ਸਨੈਪਚੈਟ। ਸੋ ਸੁਪਨਿਆਂ ਦੀ ਗੱਲ ਐਵੇਂ ਆ ਜੀ ਕਿ ਇੱਕ ਤਾਂ ਸੁਪਨੇ ਦਿਨ ਦੇ ਸੁਪਨੇ, ਰਾਤ ਦੇ ਸੁਪਨੇ, ਇੱਕ ਹਵਾਈ ਪੈਸਾ ਵਿਜ਼ੂਲਾਈਜੇਸ਼ਨ ਇਹਨੂੰ ਕਹਿੰਦੇ ਆ। ਵਿਜ਼ੂਲਾਈਜੇਸ਼ਨ ਆਪਾਂ ਤਾਂ ਹੋਰ ਤਰ੍ਹਾਂ ਕਰਦੇ ਹਾਂ ਪਰ ਇਹ ਕਰਨੀ ਚਾਹੀਦੀ ਆ। ਵਿਜ਼ੂਲਾਈਜੇਸ਼ਨ ਇਜ਼ ਅ ਮੇਨ ਸਟੈਪ ਆਫ ਸਕਸੈਸ, ਇਹ ਸਿਆਣੇ ਕਹਿੰਦੇ ਨੇ। ਵਿਜ਼ੂਲਾਈਜ਼ ਹਮੇਸ਼ਾ ਕਰਿਆ ਕਰੋ ਆਪਦੇ ਕੈਰੀਅਰ ਨੂੰ ਜਾਂ ਕੁਛ ਵੀ, ਉਹ ਚੱਲ ਇਹ ਸਿਆਣੇ ਗੱਲਾਂ ਨੇ ਪਰ ਇਹ ਸੁਪਨੇ ਵੀ ਵਿਜ਼ੂਲਾਈਜੇਸ਼ਨ ਹੈ ਇੱਕ, ਇਹ ਵੀ ਇੱਕ ਦਿਨ ਹੋ ਸਕਦਾ ਪਰ ਪਤਾ ਨਹੀਂ। ਚਲੋ ਸੋ ਪਾਉਂ ਦੇ ਸੁਪਨੇ ਮਨਾ ਲਈ ਸੁਪਨੇ ਥੋੜ੍ਹਾ ਸਵਾਗਤ ਹੈ ਜੀ। ਰੋ ਰਾਤ ਦਾ ਸੁਪਨਾ ਜੀ ਕੱਲ੍ਹ ਦਾ ਜਿਹੜਾ ਮੈਂ ਤੁਹਾਨੂੰ ਦੱਸਣ ਜਾ ਰਿਹਾ ਵੀ ਕੱਲ੍ਹ ਨਾ ਮੈਂ ਦੁਪਹਿਰ ਮੈਨੂੰ ਲੱਗਦਾ 2:30 ਵਾਲੀ ਚਾਹ ਦਾ ਟਾਈਮ ਹੋਊਗਾ। ਹਾਂ 2:30 ਵਾਲੀ ਚਾਹ ਅਸੀਂ ਕੱਲ੍ਹ ਪੀਤੀ ਆਪਣੇ ਫਰਿੱਜ ਨੂੰ। ਹਾਂ 2:30 ਵਾਲੀ ਚਾਹ ਪੀ ਕੇ ਇਸ ਤੋਂ ਬਾਅਦ ਨਾ ਮੈਂ ਵਾਸ਼ਿੰਗਟਨ ਵਾਲੀ ਮੋਟਰ 'ਤੇ ਸੁਹਾਗਾ ਕੱਢਣ ਜਾਈ ਜਾਂਦਾ। ਟਰੈਕਟਰ ਬੁੜਕਦੇ ਨਹੀਂ ਹੁੰਦੇ, ਉਹ ਪਹੀ 'ਤੇ ਐਂਟਰ ਜਿਹਾ ਜਾਈ ਜਾਂਦਾ। ਸੋ ਐਂ ਕਰਦਾ ਕਰਦਾ ਐਂਟਰ ਚੱਲ ਮੈਂ ਨਾ ਮੇਰੀ ਨਿਗਾਹ ਪੈ ਗਈ ਮੋਟਰ 'ਤੇ। ਭੈਣੇ ਮੰਜੇ ਬਾਹਰ, ਇੱਕ ਮੰਜਾ ਬਾਹਰ ਕੱਢਿਆ ਪਿਆ, ਆਲੇ ਦੁਆਲੇ ਬੱਠਲ ਬੁੱਠਲ ਜਿਹੇ। ਮੈਂ ਵੀ ਨਰੇਗਾ ਲਾ ਕੇ ਮੈਂ ਜਾਂਦੇ ਨੂੰ ਤੁਸੀਂ ਦੇਖਿਆ ਭੈਣ ਦਾ ਸਾਰਾ ਜਾਂਦਾ ਸੀ, ਭੈਣ ਜਾਂਦਿਆਂ ਨੂੰ ਦੇਖਿਆ ਉੱਥੇ। ਪਹਿਲਾਂ ਤਾਂ ਪਹਿਲਾਂ ਮੈਨੂੰ ਕਰੂਜ ਦੇਖਗੀ ਦੂਰੋਂ ਖੜੀ, ਮੈਂ ਵੀ ਕਰੂਜ ਵੀ ਖੜੀ ਆ ਪਰਲੇ ਪਾਸੇ ਔਲੂ ਕੋਲੇ। ਮੈਂ ਲਾਇਆ ਹਾਂ, ਮੈਂ ਟੌਮ ਕਰੂਜ ਆਇਆ ਹੋਊਗਾ। ਮੈਂ ਜਾ ਕੇ ਦੇਖਿਆ ਉਹੀ ਗੱਲ ਭਰਾਵਾ, ਉਹ ਪਰਲੇ ਪਾਸੇ ਇੱਜੜ ਜਿਹੇ 'ਚ ਨਾ ਬੱਕਰੀਆਂ ਜਿਹਾ ਛੱਡੀ ਬੈਠਾ, ਉਹ ਬੱਕਰੀਆਂ ਚਾਰਨ ਆਇਆ ਹੋਊਗਾ। ਚੱਲ ਉੱਥੇ ਥੋੜ੍ਹਾ ਜਿਹਾ ਸਟੈਂਡਰਡ ਲੋਕ ਨੇ, ਮਤਲਬ ਬੱਕਰੀਆਂ ਚਾਰਨ ਕਰੂਜ਼ ਕਰਾਸ ਦੀ ਜਾਂਦੇ ਨੇ, ਪਿੱਛੇ ਟੈਂਪੂ 'ਤੇ ਬੱਕਰੀਆਂ ਆ ਜਾਂਦੀਆਂ ਨੇ, ਉੱਥੇ ਹੀ ਚਾਰਦੇ ਨੇ ਥੋੜ੍ਹੇ ਜਿਹੇ ਏਰੀਏ 'ਚ। ਚਲੋ ਉਹ ਤਾਂ ਗੱਲ ਅੱਡ ਰਹੇਗੀ। ਜਾਂਦੇ ਨੂੰ ਵੀ ਭੈਣ ਦੇਖਿਆ ਨਾ ਡੈਨ ਸਾਰਾ ਆਪਦਾ ਸੱਭਿਆਚਾਰਕ ਕਾਰਜਕ੍ਰਮ ਲੈ ਕੇ ਮੰਜੇ 'ਤੇ ਬੈਠਾ ਆਲੇ ਦੁਆਲੇ ਮੋਟਰ 'ਤੇ। ਭੈਣ ਉਹ 30-40 ਉਹਦੇ ਨਾਲ ਜਿਹੜੇ ਹੁੰਦੇ ਨੇ ਤੁਹਾਨੂੰ ਪਤਾ, ਗੰਨਮੈਨ ਉਹ ਬੰਦੇ ਸਾਰੇ। ਮੈਂ ਭਾਈ ਟਾਈਮ ਮੈਂ ਕਿਹਾ ਡੈਨ ਯਾਰ ਵੀ ਤੂੰ ਕਮਾਲ ਕਰਦਾ ਵੀ ਭੈਣਾ, ਇੱਥੇ ਤਾਂ ਸਾਡੇ ਤਾਂ ਪਿੰਡ ਦੇ ਅੰਦਰ ਜੇ ਨਿਗਾਹ ਪੈ ਗਿਆ ਵੀ ਉਹਦੀ ਰੇਡ ਪੈ ਜਾਣੀ ਆ ਤੜਕੇ ਨੂੰ, ਤੂੰ ਭੈਣ ਅਖਬਾਰ 'ਚ ਆ ਜਾਣੇ ਵੀ ਫਲਾਨਿਆਂ ਦੀ ਮੋਟਰ 'ਤੇ ਜੋੜਾ ਵੀ ਭੇਦ ਭਰੀ ਹਾਲਤ 'ਚ ਵੀ ਕਾਬੂ। ਮੈਂ ਕਿਹਾ ਭੈਣਾ ਸਾਡਾ ਤਾਂ ਨਾਂ ਪਹਿਲਾਂ ਹੀ ਲੋਕ ਇੰਨੇ ਲੱਗਦੇ ਨੇ ਪੈਸੇ ਕਰਕੇ ਵੀ ਤੂੰ ਭਰਾਵਾ ਇੱਥੋਂ ਨਿਕਲ। ਮੈਨੂੰ ਕਹਿੰਦਾ ਬ੍ਰਦਰ ਇੱਕ ਮਿੰਟ ਚੁੱਪ ਕਰ ਜੀ, ਮੈਨੂੰ ਕਹਿੰਦਾ ਬਰੋ ਇੱਕ ਮਿੰਟ ਚੁੱਪ ਕਰ ਜੀ, ਕਹਿੰਦਾ ਵੀ ਮੈਂ ਜੋੜੇ ਨਾਲ ਨਹੀਂ ਹੈਗਾ ਵੀ ਆਪਣੀ ਤਾਂ ਜੇ ਖਬਰ ਵੀ ਲੱਗੀ ਤਾਂ ਗਰੁੱਪ ਦੀ ਲੱਗੂਗੀ ਵੀ 30-40 ਉਹ ਤੁਹਾਡੀ ਭੈਣ ਨੂੰ। ਮੈਂ ਕਿਹਾ ਬਾਈ ਮੈਂ ਡੈਨੇ ਵੀ ਵੀਰ ਬਣ ਕੇ ਤੂੰ ਐਂ ਕਰ ਇੱਥੋਂ ਨਿਕਲ ਜਾ ਵੀ ਇਹ ਪਿੰਡ 'ਚ ਆਪਣੀ ਵਾਸ਼ਿੰਗਟਨ ਵਾਲੀ ਮੋਟਰ ਆ ਜਿਹੜੀ ਨਿਆਈ 'ਤੇ ਆ, ਮੈਂ ਕਿਹਾ ਇਹ ਪਿੰਡ ਦਾ ਕੰਮ ਆ ਵੀ ਤੂੰ ਐਂ ਕਰ ਆਪਣੇ ਉਹ ਸਕੈਚਵਾਨ ਵਾਲੇ ਖੇਤ ਚਲੇ ਜਾ ਵੀ ਇੱਥੋਂ ਬਾੜ ਤਾਂ ਹੈਗੀ ਅੱਧੇ ਪੌਣੇ ਘੰਟੇ ਦੀ ਪਰ ਉੱਥੇ ਕੋਈ ਨਹੀਂ ਹੋਣਾ। ਮੈਂ ਕਿਹਾ ਬਰਫ ਹੀ ਬਾ, ਮੈਨੂੰ ਕਹਿੰਦਾ ਯਾਰ ਰਹਿਣ ਦੇ ਯਾਰ ਵੀ ਉੱਥੇ ਉਹਨੂੰ ਪਤਾ, ਕਹਿੰਦਾ ਉੱਥੇ ਤੇਰਾ ਤਾਇਆ ਹੁੰਦਾ ਯਾਰ ਉਹਨੇ ਮੈਨੂੰ ਖਾਲ ਤੋਂ ਬਰਫ ਘੜਨ ਲਾ ਲੈਣਾ। ਮੈਂ ਇਹਦੀ ਭੈਣ ਇਹ ਵੀ ਪੰਗਾ ਕੰਮ ਕਰਕੇ ਨਹੀਂ ਰਾਜੀ, ਡੈਣਾ ਪਹਿਲੇ ਤੈਨੂੰ ਆਲਸੀ ਬੰਦਾ ਹੈਗਾ। ਮੈਂ ਕਿਹਾ ਵੀਰੇ ਫਿਰ ਤੂੰ ਐਂ ਕਰ ਵੀ ਇਹਨਾਂ ਨੂੰ, ਮੈਨੂੰ ਕਹਿੰਦਾ ਇਹਨਾਂ ਦਾ ਪ੍ਰਬੰਧ ਕਰ ਦੇ, ਮੈਂ ਤਾਂ ਨਿਕਲ ਜੂੰਗਾ। ਮੈਂ ਕਿਹਾ ਇਹਨਾਂ ਨੂੰ ਤੂੰ ਐਂ ਕਰ ਮੋੜ ਤੋਂ ਚਾੜਦੇ ਬੱਸ ਮਿੰਨੀ ਆਉਣ ਵਾਲੀ ਆ 4:15 ਵਾਲੀ, ਮੈਂ ਕਿਹਾ ਇਹ ਸਿੱਧਾ ਮੂਹਰੇ ਗਏ ਇਹਨਾਂ ਨੂੰ ਲਾ ਲੈਣਗੇ ਉੱਥੇ ਨਿਊਯਾਰਕ ਵਾਲੀ ਫਿਰਨੀ 'ਤੇ, ਬੰਦੇ ਤੂੰ ਆਪਦਾ ਇਹਨਾਂ ਦੇ ਘਰਦਿਆਂ ਨੂੰ ਕਰ ਦੀ ਫੋਨ। ਮੈਂ ਕਹਿੰਦਾ ਮੈਂ ਕਿਹਾ ਵੀ ਮੈਂ ਫਿਰ ਉਹੀ ਮਰਤਾ ਡਾਇਲੋਗ, ਮੈਂ ਕਿਹਾ ਵੀ ਮੈਂ ਕਰ ਆਪਣੇ ਨਾ ਜਿਹੜਾ ਔਲੂ ਆ ਖੇਤ ਉਹਦੇ ਦੋਨੇ ਲੋਡ ਪੈਮੇ ਲੋਡ ਹੈਲੀਕਾਪਟਰ ਉੱਤੇ ਖੜਦਾ ਕੀਤਾ। ਹੁਣ ਤੁਸੀਂ ਕਹੋਗੇ ਹੈਲੀਕਾਪਟਰ ਹੁਣ ਯਾਰ ਜਿਵੇਂ ਸਾਈਕਲ ਨੇ ਆਇਆ ਹੈਲੀਕਾਪਟਰ ਆਪਣੇ ਲਈ ਤਾਂ, ਮੈਂ ਕਿਹਾ ਤੂੰ ਉਹ ਲੈ ਕੇ ਨਿਕਲ ਜਾ, ਮੈਂ ਚੱਲ ਇਦੂਆ ਮੈਨੂੰ ਹਰਖ ਜਾ ਚੜ ਗਿਆ ਪਤਾ ਨਹੀਂ ਕਿਹੜੀ ਗੱਲੋਂ, ਮੈਂ ਮਾਵਾਂ ਭੈਣਾਂ ਦੀਆਂ ਗਾਲਾਂ ਉਹਨੂੰ ਲੱਗ ਗਿਆ ਕੱਢਣ ਵਧੀਆ, ਉਹ ਵੀ ਸੁਣੀ ਗਿਆ ਨੀਵੀਂ ਜਿਹੀ ਪਾ ਕੇ ਆਪਣੀ, ਚੱਲ ਮੰਨਦਾ ਚੇਪ ਕਿਉਂਕਿ ਬੀੜੀਆਂ ਬੂੜੀਆਂ ਨੂੰ ਕਈ ਵਾਰੀ ਪੈਸੇ ਘੱਟ ਜਾਂਦੇ ਫਿਰ ਲੈ ਲੂ ਜਾਂਦਾ ਗਾ, ਮੈਂ ਕਈ ਵਾਰੀ ਉਹਨੂੰ ਦਿੱਤੇ ਪੈਸੇ ਮੈਂ। ਮੈਂ ਕਿਹਾ ਤੂੰ ਐਂ ਕਰ, ਮੈਨੂੰ ਕਹਿੰਦਾ ਇਹ ਇੱਥੇ ਕਢਾਇਆ, ਮੈਂ ਕਹਿੰਦਾ ਥੱਲੋਂ ਮੈਂ ਵੀ ਹੈਲੀਕਾਪਟਰ ਥੱਲੋਂ ਧਮਾਉਂਦਾ ਸੀ ਲੀਟਰ ਜੇ, ਮੈਂ ਕਿਹਾ ਚਾਰ ਕੁ ਤੂੰ ਵੀ ਮਾਰਦੇ ਗਾਰਾ ਗੂਰਾ ਲੱਗਿਆ ਮੂਹਰੇ ਕੱਦੂ ਕੱਦੂ ਵਾਲੇ ਸੀਜ਼ਨ 'ਚ, ਉਹ ਭਾਵੇਂ ਚਾਹ ਚੂ ਫੜਾਉਂਦੇ ਯਾਰ ਭਈਏ ਭੂਏ ਇੰਨੇ, ਕਈ ਵਾਰੀ ਲੈ ਕੇ ਬਿਨਾਂ ਮਤਲਬ ਨਿਕਲਿਆ ਕੱਦੂ ਕੱਦੂ ਨੂੰ ਨਿਬੇੜਿਆ ਪਿਆ ਸੀ ਥੱਲਿਓ। ਮੈਂ ਹਲੇ ਐਂ ਕਿਹਾ ਮੈਂ ਕਿਹਾ ਜ਼ੋਰ ਨਾ ਮਾਰੀਓ 3-4 ਲੀਟਰ, ਮੈਂ ਗਾਲੇ ਲਾ ਕੇ ਆਪਦਾ ਨਿਕਲ ਜਾ ਉਧਰ ਹੀ ਮੋਟਰ 'ਤੇ ਬਹਿਣਾ, ਬੈਠ ਨਹੀਂ ਬਹਿਣਾ। ਮੈਂ ਉਹਨੂੰ ਟੌਮ ਨੂੰ ਵੀ ਕਿਹਾ, ਮੈਂ ਕਿਹਾ ਤੂੰ ਵੀ ਨਿਕਲੇ ਤੋਂ ਬੱਕਰੀਆਂ ਲੈ ਕੇ ਮੀਂਗੜੇ ਮੀਂਗੜਾਂ ਕਰੀਆਂ ਪਈਆਂ ਨੇ, ਮੈਂ ਕਿਹਾ ਵੀ ਉੱਧਰ ਭਗਤੇ ਭੋਤੇ ਨਹੀਂ ਆਪਣੇ ਚਾਰ ਲੈ ਕਰ ਲਾਡੀ ਕੇ ਖੇਤਾਂ ਦਾ। ਮੈਂ ਚੱਲ ਹਜੇ ਐਂ ਕਿਹਾ ਭਾਈ, ਮੈਂ ਕਿਹਾ ਖਿੱਚ ਕੇ ਮਾਰੋ ਲੀਟਰ ਜੀ ਭੈਣ ਨੂੰ, ਮੈਂ ਕਿਹਾ ਹੋਰ ਖਿੱਚ ਕੇ ਮਾਰੋ ਗਾਰਾ ਲਾ ਭੈਣਾ। ਜਾਨੂੰ ਦੇਖਿਆ ਮਿੱਤਰੋ ਡੌਂਗਾ ਪਾਣੀ ਦਾ, ਮਿੱਤਰਾਂ ਦੇ ਮੂੰਹ 'ਤੇ ਵੱਜਿਆ ਇਹਦੀ ਭੈਣ ਨੂੰ ਫਿਰ ਨਹੀਂ ਪਿਆ ਜਰਿਆ ਗਿਆ ਨਾ, ਨਹੀਂ ਹਵਾਈ ਸੁਪਨੇ ਜਰੇ ਗਏ। ਮੈਂ ਅਜੇ ਬਸ ਲੀਟਰ ਦੀਆਂ ਗੱਲਾਂ ਹੀ ਕਰਦਾ ਜਦ ਨੂੰ ਮੂੰਹ ਦੇ ਭੈਣ, ਜਦੋਂ ਕੌਲਾ ਆ ਡਿੱਗ ਗਿਆ ਪਾਣੀ ਦਾ, ਮੈਂ ਅਜੇ ਫਿਰ ਵੀ ਉਹਨੂੰ ਹੀ ਗਾਲਾਂ ਕੱਢੀ ਜਾਵਾਂ। ਮੈਂ ਕਿਹਾ ਭੈਣ ਨੇ ਪੈਪ ਚਲਾ ਲਿਆ ਮੈਨੂੰ, ਮੈਂ ਕਿਹੜਾ ਸਵਰਸੀਬਲ ਚਲਾ ਲਈ, ਮੈਂ ਕਿਹਾ ਭੈਣ ਨੇ ਪੈਪ ਚਲਾ ਲਿਆ ਲੀਟਰ ਨਾ ਬਾਹਰ ਪਾਣੀ ਦਾ। ਮੈਂ ਇਹਦੀ ਭੈਣ ਨੂੰ ਦੇਖਿਆ ਮਿੱਤਰ ਉੱਠ ਕੇ, ਆਲੇ ਦੁਆਲੇ ਉਹੀ ਦੋ ਲੰਡਰ ਜੇ ਕੇਸ, ਕਿਹੜੀ ਮੋਟਰ, ਕਿਹੜਾ ਡੈਨਾ, ਕਿਹੜਾ ਕਾਰਜਕ੍ਰਮ, ਉਹੀ ਡੀਕ ਦਾ ਬੈੱਡ ਜਗਾੜ ਜਿਹਦਾ ਚੂੰ ਚੂੰ ਕਰਦਾ ਗੱਦਾ ਇੱਕ ਪਾਸੋਂ ਦੀ ਭੈਣ ਨੂੰ। ਫਿਰ ਮੈਂ ਕਿਹਾ ਵੀ ਲੈ ਵੀ ਹੁਣ ਤਾਂ ਉੱਠਣਾ ਹੀ ਪੂ, ਉੱਠ ਕੇ ਕਹਿਣੇ ਪੂਸੋ ਵੀ ਇਹ ਸੀ ਜੀ ਅੱਜ ਤੱਕ ਦਾ ਲੰਡਰ ਤੋਂ ਲੰਡਰ ਸੁਪਨਾ। ਹੁਣ ਤੁਸੀਂ ਜੁੜਨਾ ਜੁੜੋ, ਨਹੀਂ ਜੁੜਨਾ ਨਾ ਜੁੜੋ, ਕਿਉਂਕਿ ਤੁਹਾਨੂੰ ਜੁੜਨ ਦਾ ਸਾਡਾ ਠੇਕਾ ਨਹੀਂ ਲਿਆ ਵੈ, ਮੈਂ ਆਲਵੇਜ਼ ਕਹਿੰਦਾ ਹੁੰਦਾ ਵੈਸੇ ਜੁੜੇ ਰਹੋਗੇ ਵਧੀਆ ਹੱਸਦੇ ਖੇਡਦੇ। ਸੋ ਫਰੈਂਡਸ ਜਿਵੇਂ ਵੀ ਲੱਗਿਆ ਸੁਪਨਾ ਤੁਸੀਂ ਮੈਸੇਜ ਕਰਕੇ ਜ਼ਰੂਰ ਦੱਸਣਾ।
ਬਾਕੀ ਆ ਜਿਹੜੇ ਮੈਨੂੰ ਹੱਥ ਮਾਰਨ ਦੀ ਆਦਤ ਪਈ ਹੋਈ ਹੈ ਨਾ, ਇਹ ਆਪਣਾ ਪਹਿਲਾਂ ਇੰਸਟੀਚਿਊਟ ਹੁੰਦਾ ਸੀਗਾ, ਉੱਥੇ ਆਪਾਂ ਹੱਥਾਂ ਨਾਲ ਇਸ਼ਾਰੇ ਕਰਕੇ ਗੱਲਾਂ ਦੇ ਮਤਲਬ ਸਮਝਾਉਂਦੇ ਹੁੰਦੇ ਸੀ ਵੀ ਕਿਵੇਂ ਆ ਕਿੱਧਰ ਨੂੰ ਇਹ ਵਾਲੇ, ਇਹ ਆਪਾਂ ਹੀ ਚਲਾਏ ਹੋਏ ਨੇ। ਸੋ ਫਰੈਂਡਸ, ਇਹ ਸੀ ਲੰਡਨ ਦਾ ਅੱਜ ਤੱਕ ਦਾ ਲੰਡਨ ਤੋਂ ਲੰਡਨ ਸੁਪਨਾ। ਦੱਸਿਓ ਕਿਵੇਂ ਲੱਗਿਆ, ਜ਼ਰੂਰ ਆਨੇ ਬਦਲਾ ਸਾਰਿਆਂ ਨੂੰ।